ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਨਦੀਨ ਨਾਸ਼ਕਾਂ ਬਾਰੇ ਗੱਲ ਕਰਨੀ ਹੈ ਜਿਹੜੇ ਆਪਾਂ ਬਜਾਈ ਤੇ ਕਣਕ ਦੇ ਵਿੱਚ ਕੰਟਰੋਲ ਕਰ ਸਕਦੇ ਹਾਂ ਕੁਝ ਕਿਸਾਨ ਵੀਰਾਂ ਦਾ ਸਵਾਲ ਹੈ ਕਿ ਕੀ ਅਸੀਂ ਇਹਨੂੰ ਪਹਿਲੇ ਪਾਣੀ ਤੋਂ ਪਹਿਲਾਂ ਸਪਰੇਅ ਕਰ ਸਕਦੇ ਹਾਂ ਕੋਈ ਨਦੀਨ ਨਾਸ਼ ਖਾਸ ਤੌਰ ਤੇ ਪਾਇਰੋਕਸਾ ਸਲਫੋਨ ਜਿਹੜੀ ਔ ਕੀ ਰਾਜਾ ਮੋਮੀ ਜੀ ਆ ਜਾਂ ਪਲੇਟਫਾਰਮ ਇਹਨਾਂ ਬਾਰੇ ਕਿਸਾਨ ਵੀ ਸਵਾਲ ਕਰ ਰਹੇ ਸੀ ਤੇ ਇਹ ਤਾਂ ਕਰਕੇ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਜਦੋਂ ਆਪਾਂ ਸਪਰੇਅ ਕਰਦੇ ਆ ਉਸ ਤੋਂ ਬਾਅਦ ਥੋੜੇ ਬਹੁਤ ਜਰਮੀਨੇਟ ਕਰਦੇ ਆ ਫਿਰ ਜਦੋਂ ਆਪਾਂ ਪਾਣੀ ਲਾਉਨੇ ਆ ਤਾਂ ਉਹ ਉਦੋਂ ਵੀ ਰਿਜ਼ਲਟ ਆਪਾਂ ਨੂੰ ਦਿੰਦੇ ਨੇ ਜਿਹੜੇ ਨਦੀਨ ਨਾਸ਼ਕ ਨੇ ਕਿਉਂਕਿ ਤਕਰੀਬਨ ਤਕਰੀਬਨ ਇਹਨਾਂ ਦਾ ਟਾਈਮ ਆ ਜਿਹੜਾ 30 ਤੋਂ 35 ਦਿਨ ਸਪਰੈਸ ਕਰਦੇ ਆ ਇਹ ਬੀਡ ਨੂੰ ਕੰਟਰੋਲ ਕਰਦੇ ਆ 30 ਤੋਂ 35 ਦਿਨ ਦਾ ਸਮਾਂ ਤੇ ਜਿਹੜਾ ਆਪਣੇ ਮਨ 'ਚ ਸਵਾਲ ਹੁੰਦਾ ਜਾਂ ਆਪਾਂ ਨੂੰ ਕਿਤੇ ਗਾਈਡ ਕੀਤਾ ਜਾਂਦਾ ਨਾ ਕਿ ਪਾਣੀ ਤੋਂ ਪਹਿਲਾਂ ਪਹਿਲੇ ਪਾਣੀ ਤੋਂ ਪਹਿਲਾਂ ਦੋ ਦਿਨ ਕਰ ਦੋ ਇਹ ਬਜਾਈ ਤੋਂ ਬਾਅਦ ਕਰਨ ਦੀ ਜ਼ਰੂਰਤ ਨਹੀਂ ਬਿਲਕੁਲ ਰੋਂਗਰ ਰਿਕਮੈਂਡੇਸ਼ਨ ਆ ਗਲਤ ਰਿਕਮੈਂਡੇਸ਼ਨ ਆ ਜਿਹੜੀਆਂ ਮੈਂ ਸਿਫਾਰਿਸ਼ਾਂ ਤੁਹਾਨੂੰ ਦੱਸੂਗਾ ਤੇ 500 600 400 500 ਰੁਪਏ ਦੇ ਵਿੱਚ ਆਪਾਂ ਜਿਹੜੀ ਸਭ ਤੋਂ ਵਧੀਆ ਟੈਕਨੀਕਲ ਆ ਕਿਉਂਕਿ ਦੇਖੋ ਟੈਕਨੀਕਲ ਵਧੀਆ ਹੁੰਦਾ ਪਰ ਉਹਨੂੰ ਵਰਤਣ ਦਾ ਤਰੀਕਾ ਵੀ ਉਨਾ ਹੀ ਵਧੀਆ ਹੋਣਾ ਚਾਹੀਦਾ ਕਈ ਵਾਰ ਕੀ ਕਰਦੇ ਆ ਆਪਾਂ ਆਮ ਤੌਰ ਤੇ ਹੀ ਸਵਾ 150 ਲੀਟਰ ਨਾ ਸਪਰੇਅ ਕਰ ਦਿੰਨੇ ਆ ਜਾਂ ਫਲੈਟ ਫੇਨ ਨੋਜ਼ਲ ਨਹੀਂ ਆਪਾਂ ਯੂਜ਼ ਕਰਦੇ ਜਾਂ ਵਾਣ ਚ ਬੱਤਰ ਨਹੀਂ ਪੂਰਾ ਹੁੰਦਾ ਖੁਸ਼ਕੀ ਹੁੰਦੀ ਆ ਹੁਣ ਆਮ ਤੌਰ ਤੇ ਕੀ ਆ ਕਿ ਕਈ ਕਿਸਾਨ ਵੀਰ ਆ ਜਿਹੜੇ ਬਜਾਈ ਕਰ ਰਹੇ ਆ ਮੈਂ ਪਹਿਲਾਂ ਵੀ ਬੇਨਤੀਆਂ ਕੀਤੀਆਂ ਸੀ ਕਿ ਜਿੱਥੇ ਤੁਹਾਨੂੰ ਲੱਗਦਾ ਨਾ ਕਿ ਆਪਣੇ ਖੁਸ਼ਕ ਜਾਊਗੀ ਜ਼ਮੀਨ ਤਾਂ ਉੱਥੇ ਟਾਈਮ ਲੀ ਆਪਾਂ ਪਹਿਲਾਂ ਹੀ ਬੈਠਮੀ ਰੋਣੀ ਕਰ ਲਈਏ ਬਿਨਾ ਵਾਹੇ ਤੇ ਜਦੋਂ ਆਪਾਂ ਖੁਸ਼ਕੀ ਚ ਬਜਾਈ ਕਰਦੇ ਕਣਕ ਹੀ ਨਹੀਂ ਜੱਜ ਨੌਗ ਦੀ ਤੇ ਆਪਣੇ ਨਦੀਨ ਆਸ਼ਕ ਨੇ ਆਪਾਂ ਨੂੰ ਕੀ ਰਿਜ਼ਲਟ ਦੇਣਾ ਸੋ ਇਹ ਗੱਲਾਂ ਕੁਝ ਇੱਕ ਟੈਕਨੀਕਲ ਪੁਆਇੰਟ ਹੁੰਦੇ ਆ ਜਿਹੜੇ ਨਦੀਨ ਨਾਸ਼ਕ ਨੇ ਉਹ ਮੈਂ ਤੁਹਾਨੂੰ ਟੈਕਨੀਕਲ ਵੀ ਦੱਸਦਾ ਤੇ ਨਾਲ ਜਿਹੜੇ ਬ੍ਰਾਂਡ ਨੇਮ ਨੇ ਉਹ ਦੱਸ ਦਿੰਨਾ ਕਿ ਸਭ ਤੋਂ ਬਹੁਤ ਵਧੀਆ ਕੰਮ ਕਰਨ ਵਾਲਾ ਸਸਤਾ ਟੈਕਨੀਕਲ ਆ ਜਿਹੜਾ ਉਹ ਪੈਂਡੀਮੈਥਲਨ 30% ਈਸੀ ਆ ਜਿਹੜਾ ਕਿ ਬਾਜ਼ਾਰ 'ਚ ਸਟੌਂਪ ਦੋਸਤ ਜਾਂ ਮਾਰਕਪੈਂਡੀ ਜਾਂ ਪੈਂਡਾ ਜਾਂ ਬੰਕਰ ਜਾਂ ਜਾਕੀ ਨਾਮਾਂ ਨਾਲ ਤੇ ਤੁਹਾਨੂੰ ਮਿਲ ਸਕਦਾ 30% ਈਸੀ ਹੋਰ ਕੰਪਨੀਆਂ 'ਚ ਵੀ ਵੱਖ-ਵੱਖ ਨਾਮਾਂ ਤੇ ਇਹ ਪੈਂਡੀਮੈਥਲਨ 30% ਈਸੀ ਮਿਲਦੀ ਆ ਇਹ ਤੁਸੀਂ ਖਰੀਦ ਸਕਦੇ ਆ ਪੱਕੇ ਬਿੱਲ ਤੇ ਹਮੇਸ਼ਾ ਨਦੀਨ ਨਾਸ਼ਕ ਜਾਂ ਕੀਟਨਾਸ਼ਕ ਜਾਂ ਖਾਦ ਕੁਝ ਵੀ ਖਰੀਦਣਾ ਪੱਕੇ ਬਿੱਲ ਤੇ ਖਰੀਦੋ ਉਹ ਤੁਹਾਡਾ ਇਹ ਹੁੰਦਾ ਕਿ ਜੇ ਤੁਹਾਨੂੰ ਸਸਤੀ ਕੋਈ ਕੰਪਨੀ ਸਸਤੇ ਰੇਟ ਤੇ ਮਿਲਦਾ ਕੋਈ ਕੰਪਨੀ ਦਾ ਮਤਲਬ ਰੇਟ ਵੱਧ ਹੁੰਦਾ ਕਿਸੇ ਦਾ ਘੱਟ ਹੁੰਦਾ ਨਾਂ ਦੇ ਹਿਸਾਬ ਨਾਲ ਕੋਈ ਕੰਪਨੀ ਵੱਡੀ ਹੁੰਦੀ ਆ ਵੱਡਾ ਰੇਟ ਛੋਟੀ ਆ ਛੋਟਾ ਰੇਟ ਆ ਤਾਂ 1.5 ਲੀਟਰ ਇਹ ਕਰਨੀ ਆ 1.5 ਲੀਟਰ ਫਰੈਟ ਫੈਨ ਨੋ ਜਾਣਾ 200 ਲੀਟਰ ਪਾਣੀ ਦੇ ਵਿੱਚ ਪਾਣੀ ਵੀ ਤੁਸੀਂ 190 ਲੀਟਰ ਨਹੀਂ ਲਾਉਣਾ 200 ਲਾਉਣਾ ਅਬ ਕੀਰਾ ਜਾਂ ਮੋਮੀ ਜੀ 85 WG ਪਾਇਰੌਕਸਾ ਸਲਫੋਨ ਦੇ ਨਾਂ ਤੇ ਆਉਂਦੀਆਂ ਨੇ ਇਹ ਇਹ 60 ਗ੍ਰਾਮ ਦੀ ਡੋਜ਼ ਹੈ ਇਹਨਾਂ ਦੀ ਹੁਣ ਇਹ ਤੁਹਾਨੂੰ ਪਹਿਲੀ ਦਸੀ 1.5 ਲੀਟਰ ਦੂਜੀ ਦੇ ਅਸੀਂ 60 ਗ੍ਰਾਮ ਕਈ ਕਿਸਾਨ ਵੀ ਕੀ ਕਰਦੇ ਆ ਕਿ 1.5 ਲੀਟਰ ਦੀ ਥਾਂ ਤੇ 2 ਲੀਟਰ ਪੈਂਡੀਮੈਥਲਨ ਤੇ ਨਾਲ 60 ਗ੍ਰਾਮ ਇਹ ਪਾਈ ਜਾਂਦੇ ਆ ਖਰਚਾ ਡਬਲ ਹੋ ਗਿਆ ਰੈਜ਼ਿਡਿਊ ਹੋ ਗਿਆ ਕਿਉਂਕਿ ਜਿਹੜਾ ਇਹ ਤੁਹਾਨੂੰ ਦੱਸਿਆ ਨਾ ਮੈਂ ਪਾਇਰੋਕਸਸ ਸਲਫੋਨੋਫਕੀਰਾ ਜਾਂ ਮੋਮੀ ਜੀ ਇਹਨਾਂ ਦਾ ਵੇਟਿੰਗ ਪੀਰੀਅਡ ਹੈ ਨਾ ਜਿਹੜਾ ਕਿਸਾਨ ਵੀਰੋ ਇਹਨਾਂ ਦਾ ਵੇਟਿੰਗ ਟਾਈਮ ਹੈ ਸਪਰੇਅ ਤੋਂ ਬਾਅਦ ਵੇਟਿੰਗ ਟਾਈਮ ਆ ਜਿਹੜਾ ਜਿਹੜਾ ਮੋਮੀ ਜੀ ਜੇ ਆਪਾਂ ਲਾ ਲਈਏ 131 ਦਿਨ ਦਾ ਕਣਕ 'ਚ ਸਪਰੇਅ ਕਰਨ ਤੋਂ 131 ਦਿਨ ਦਾ ਵੇਟਿੰਗ ਪੀਰੀਅਡ ਆ ਇਹਨਾਂ ਦਾ ਫਸਲ ਦੇ ਵਿੱਚ ਜਿਹੜੇ ਆਪਾਂ ਇਹ ਮੱਕੀ 'ਚ ਵਰਤਦੇ ਹਾਂ ਉੱਥੇ 102 ਦਿਨ ਦਾ ਵੇਟਿੰਗ ਪੀਰੀਅਡ ਆ ਸੋਇਆ ਬੀਨ ਦੇ ਵਿੱਚ ਤਕਰੀਬਨ ਤਕਰੀਬਨ 90 ਤੋਂ 100 ਦਿਨ ਦਾ ਵੇਟਿੰਗ ਪੀਰੀਅਡ ਆ ਤਾ ਇਹ ਜਿਹੜੀਆਂ ਹੈਗੀਆਂ ਆਪਾਂ ਟਾਈਮਲੀ ਜਿਹੜੀਆਂ ਹੈਗੀਆਂ ਬਜਾਈ ਤੋਂ 2 ਤੋਂ 3 ਦਿਨ ਦੇ ਅੰਦਰ ਅੰਦਰ ਬਸ ਇਤੋਂ ਲੇਟ ਨਹੀਂ ਕਰਨਾ ਤੀਜੇ ਦਿਨ ਵੀ ਆ ਗਿਆ ਕੋਈ ਦਿੱਕਤ ਨਹੀਂ ਬਾਣ ਬੱਤਰ ਹੋਣਾ ਚਾਹੀਦਾ ਪਾਣੀ ਪੂਰਾ ਲਾਉਣਾ ਤੇ ਅੱਗੇ ਆ ਗਈ ਜੀ ਪਲੇਟਫਾਰਮ 385 SE ਜੇ ਆਪਣੇ ਨਾਲ ਚੌੜੀ ਪੱਤੀ ਵਾਲੇ ਕਈ ਵਰਪਾ ਬਾਥੂ ਜਾਂ ਜੰਗਲੀ ਪਾਲਕ ਇਸ ਤਰ੍ਹਾਂ ਦੇ ਕੰਡਿਆਲੀ ਪਾਲਕ ਇਹ ਜਿਹੜੇ ਜਾਦੇ ਆਪਣੇ ਖੇਤ ਚ ਹੁੰਦੇ ਹੁੰਦੇ ਆ ਤਾਂ ਫਿਰ ਤੁਸੀਂ ਪੈਂਡੀਮੈਥਲਿਨ ਪਲੱਸ ਮੈਟਰੀਬਿਊਜ਼ਨ ਇਹ ਚ ਪਲੇਟਫਾਰਮ 385 S E A 1 ਲੀਟਰ ਆਪਾਂ ਕਰ ਸਕਦੇ ਹਾਂ ਜਾਂ ਫਿਰ ਦક્ષ ਪਲੱਸ ਸਾ ਟੈਕਨੀਕਲ 48 E C ਉਹ ਵੀ ਪੈਂਡੀਮੈਥਲਿਨ ਪਲੱਸ ਮੈਟਰੀਬਿਊਜ਼ਨ ਆ ਉਹ ਇੱਕ ਉਹ ਸੌਰੀ 900 ਮੀ.ਐਮ.ਐਲ ਪੈਣੀ ਹੈ ਪ੍ਰਤੀ ਏਕੜ ਦੀ ਇਹਨਾਂ ਚ ਕੋਈ ਵੀ ਨਦੀਨ ਨਾਸ਼ਕ ਇੱਕ ਵਰਤਨ ਦੋ-ਦੋ ਨਹੀਂ ਮਿਕਸ ਕਰਨੇ ਕਈ ਵਾਰ ਕੀ-ਕ ਕਰਦੇ ਕਿਸਾਨ ਵੀਰ 1 ਲੀਟਰ ਤਾਂ ਆਪਾਂ ਪੈਂਡੀਮੈਥਲਿਨ ਪਾ ਲਈ ਨਾਲ ਆਪਾਂ 40 ਗ੍ਰਾਮ ਜਾਂ 50 ਗ੍ਰਾਮ ਜਾਂ 60 ਗ੍ਰਾਮ ਜਿਹੜੀ ਹੈਗੀ ਐ ਪਾਇਰੌਕਸਾ ਸਲਫੋਨ ਪਾ ਲਈ ਤਾਂ ਉਹਦੇ ਨਾਲ ਆਪਾਂ ਨੂੰ ਰਿਜ਼ਲਟ ਆ ਜਿਹੜਾ ਉਹ ਪ੍ਰੋਪਰ ਨਹੀਂ ਮਿਲਦਾ ਇਸ ਤਰ੍ਹਾਂ ਆਪਾਂ ਆਪ ਦੇ ਤੌਰ ਤੇ ਨਾ ਮਿਸ਼ਰਣ ਕਰੀਏ ਇਸੇ ਨਾਲ ਹੀ ਕੰਮ ਜਿਹੜਾ ਹੈਗਾ ਆਪਣਾ ਫਲॉप ਹੋ ਜਾਂਦਾ ਕਈ ਵਾਰ ਆਪਣਾ ਖਰਚਾ ਖੇਚਲ ਟਾਈਮ ਖਰਾਬ ਹੁੰਦਾ ਤੇ ਦੂਸਰੀ ਗੱਲ ਜਿਹੜੀ ਪਾਣੀ ਤੋਂ 2 ਦਿਨ ਪਹਿਲਾਂ ਤੁਸੀਂ ਪੁੱਛਦੇ ਆ ਉਹ ਕਲੀਅਰ ਕੱਟ ਮੈਂ ਤੁਹਾਨੂੰ ਦੱਸਤੀ ਸਿਫਾਰਸ਼ ਇਹ ਹੈ ਕਿ ਬਜਾਈ ਤੋਂ 2 ਤੋਂ 3 ਦਿਨ ਕਰੋ 3 ਦਿਨ ਦੇ ਅੰਦਰ ਅੰਦਰ PAU ਦੀ ਵੀ ਇਹ ਵੀ ਸਿਫਾਰਸ਼ ਹੈ ਤੇ ਜਿਹੜੀਆਂ ਕੰਪਨੀਆਂ ਨੇ ਇਹ ਬਣਾਈਆਂ ਨੇ ਉਹਨਾਂ ਦੀ ਵੀ ਇਹੀ ਸਿਫਾਰਸ਼ ਹੈ ਕਿਤੇ ਵੀ ਨਹੀਂ ਤੁਹਾਨੂੰ ਕਿਹਾ ਜਾਊਗਾ ਕਿ ਤੁਸੀਂ بجائے ਜਿਹੜੇ ਕਣਕ ਨੂੰ ਪਾਣੀ ਲਾਉਣ ਤੋਂ 2 ਦਿਨ ਪਹਿਲਾਂ ਕਰ ਦਿਓ ਇਹ ਬਿਲਕੁਲ ਗਲਤ ਸਿਫਾਰਸ਼ ਹੈ ਇਸ ਤਰ੍ਹਾਂ ਕੋਈ ਵੀ ਆਪਾਂ ਤਜਰਬਾ ਨਹੀਂ ਕਰਨਾ ਕਿਤੇ ਤੁਸੀਂ 1-2 ਥਾਮਾਂ ਤੇ ਸਫਲ ਵੀ ਹੋ ਸਕਦੇ ਹੋ ਪਰ ਅਲਟੀਮੇਟਲੀ ਆਪਾਂ ਨੂੰ ਐਂਡ ਤੇ ਅੰਤ ਤੇ ਜਾ ਕੇ ਅਸਫਲਤਾ ਹੀ ਮਿਲਣੀ ਹੈ ਆਪਣਾ ਖਰਾਬ ਵੀ ਹੋਣੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਸੋ ਇਹ ਬੇਨਤੀਆਂ ਨੇ ਤੇ ਜ਼ਰੂਰੀ ਜਿਹੜੀ ਹੈਗੀ ਬੇਨਤੀ ਇਹੀ ਆ ਕਿ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਟੈਕਨੀਕਲ ਵਰਤਨਾ ਪੈਂਡੀਮੈਥਲਨ 30% ਈਸੀ ਵਰਤ ਲਓ 350 350 ਰੁਪਏ ਤੋਂ ਪੌਣੇ 400 ਰੁਪਏ ਤੋਂ ਲੀਟਰ ਦੇ ਸ਼ੁਰੂ ਹੋ ਜਾਂਦੇ ਵੱਖ-ਵੱਖ ਕੰਪਨੀਆਂ ਦੇ 400 500 ਤਾਈ ਫਿਰ ਜਿਵੇਂ ਮਰਜ਼ੀ ਜਿਹੜੇ ਮਹਿੰਗੇ ਟੈਕਨੀਕਲ ਤੁਸੀਂ ਖਰੀਦ ਸਕਦੇ 1.5 ਲੀਟਰ ਇਹ ਵਰਤੋ 200 ਲੀਟਰ ਪਾਣੀ ਫਲੈਟ ਫੈਨ ਨੋਜ਼ਲ ਤੇ 2 ਤੋਂ 3 ਦਿਨ ਦੇ ਅੰਦਰ ਅੰਦਰ ਕਣਕ ਦੀ ਬਿਜਾਈ ਦੇ ਖੇਤ ਤੁਹਾਡਾ ਖੁਸ਼ਕ ਨਹੀਂ ਹੋਣਾ ਚਾਹੀਦਾ ਕੋਸ਼ਿਸ਼ ਕਰੋ ਆਪਾਂ ਦੁਪਹਿਰੋਂ ਬਾਅਦ ਸ਼ਾਮ ਦੇ ਵੇਲੇ ਸਪਰੇਅ ਕਰ ਦਈਏ ਬਹੁਤ ਸ਼ਾਨਦਾਰ ਨਤੀਜਾ ਮਿਲੂਗਾ ਬੂਮ ਸਪਰੇਅਰ ਨਾਲ ਜਾਂ ਤਾਂ ਕਰਾਓ ਜਿਹੜੇ ਵੱਡੇ ਵੱਡੇ ਜਿਹੜੇ ਟਾਇਰਾਂ ਵਾਲੇ ਗੋਲ ਗੋਲ ਆਉਂਦੇ ਆ ਜਿਹੜੇ ਆਪਣੇ ਜਾਂ ਫਿਰ ਟਰੈਕਟਰ ਵਾਲੇ ਪੰਪ ਨਾਲ ਕਰਾਓ ਜਾਂ ਫਿਰ ਜਾਂ ਟਰੈਕਟਰ ਵਾਲਾ ਪੰਪ ਜਾਂ ਹੱਥ ਵਾਲਾ ਪੰਪ ਕਹਿਣ ਦਾ ਮਤਲਬ ਉਹ 200 ਲੀਟਰ ਪੂਰਾ ਪਾਣੀ ਲੱਗਣਾ ਚਾਹੀਦਾ ਤੇ ਪੂਰਾ ਖੇਤ ਕਵਰ ਹੋਣਾ ਚਾਹੀਦਾ ਜਿੱਥੇ ਪਾੜਾ ਰਹਿ ਗਿਆ ਜਾਂ ਪਾਣੀ ਘੱਟ ਲਾਇਆ ਜਾਂ ਖੇਤ ਚ ਬੱਤਰ ਹੋਇਆ ਤੁਹਾਡੇ ਕੰਮ ਨਹੀਂ ਦਵਾਈ ਨੇ ਕਰਨਾ ਫਿਰ ਆਪਾਂ ਦਵਾਈ ਨੂੰ ਕਹਿ ਦੇਣਾ ਕਿ ਇਹ ਫੇਲ ਹੈ ਉੱਥੇ ਆਪਾਂ ਕਿਸੇ ਨਾ ਕਿਸੇ ਨੁਕਤੇ ਤੇ ਫੇਲ ਹੁੰਨੇ ਆ ਸੋ ਇਹ ਕਲੀਅਰ ਕਟ ਤੁਹਾਨੂੰ ਜਿਹੜੀ ਜਾਣਕਾਰੀ ਮੈਂ ਤਾਂ ਸਾਂਝੀ ਕੀਤੀ ਆ ਕਿ ਇਹਨੂੰ ਕੋਈ ਦੋ ਦਵਾਈਆਂ ਨਹੀਂ ਨਦੀਨਾਸ਼ਕ ਮਿਕਸ ਕਰਕੇ ਕਰਨੇ ਸਭ ਤੋਂ ਵਧੀਆ ਟਾਪ ਦਾ ਟੈਕਨੀਕਲ ਹੈ ਪੈਂਡੀਮੈਥਲਨ 30% EC ਬਸ਼ਰਤੇ ਕਿ ਉਹ ਚ ਪਾਣੀ ਪੂਰਾ ਸਹੀ ਸਪਰੇਅ ਟਾਈਮ ਤੇ ਤੇ ਮੌਇਸਚਰ ਉਹ ਚ ਪ੍ਰੋਪਰ ਹੋਣਾ ਚਾਹੀਦਾ ਕਸਾਈ ਨੌਜਲ ਵਰਤੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ